ਤੇ ਅਕਾਲੀ ਦਲ ਤੇ ਬੀਜੇਪੀ ਦਾ ਕੀ ਗਠਜੋੜ ਸੰਭਵ ਹੈ? ਇਹ ਸੰਭਾਵਨਾਵਾਂ ਇਸ ਲਈ ਬਣ ਰਹੀਆਂ ਨੇ ਕਿਉਂਕਿ ਬਿਆਨ ਹੀ ਕੁਝ ਅਜਿਹੇ ਆ ਰਹੇ ਨੇ, ਮੁੜ ਤੋਂ ਗਠਜੋੜ ਦੀ ਚਰਚਾ ਛਿੜੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਮਾਸਟਰ ਸਟ੍ਰੋਕ ਪਲਾਨ ਕੀ ਹੈ, ਵੇਖੋ ਇਸ ਰਿਪੋਰਟ ਵਿੱਚ। ਲੋਕ ਸਭਾ ਚੋਣਾਂ ਦੇ ਵਿੱਚ ਕੁਝ ਹੀ ਸਮਾਂ ਬਾਕੀ ਹੈ। ਇਸ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਆਪਣੇ ਜ਼ੋਰਾਂ ਉੱਤੇ ਨੇ। ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਆਪੋ ਆਪਣੀ ਰਣਨੀਤੀ ਤਿਆਰ ਕਰ ਰਹੇ ਨੇ। ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਗਠਜੋੜ ਕਰਨ ਦੇ ਲਈ ਪਾਰਟੀ ਹਾਈਕਮਾਂਡ ਦੇ ਨਾਲ ਗੱਲਬਾਤ ਕਰ ਰਹੇ ਨੇ। ਇਸ ਵਾਰ ਚੋਣਾਂ ਦੇ ਵਿੱਚ ਉਹ ਸਮੀਕਰਨ ਵੇਖਣ ਨੂੰ ਮਿਲ ਸਕਦੇ ਨੇ ਜੋ ਇਸ ਤੋਂ ਪਹਿਲਾਂ ਕਦੇ ਨਹੀਂ ਵੇਖੇ ਗਏ। ਇੰਡੀਆ ਗਠਜੋੜ ਦੇ ਵਿੱਚ ਸੀਟ ਸ਼ੇਅਰਿੰਗ ਦੇ ਉੱਤੇ ਪੇਚ ਫਸਿਆ ਹੋਇਆ ਹੈ। ਉੱਥੇ ਹੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਅਕਾਲੀ ਦਲ ਅਤੇ ਬੀਜੇਪੀ ਦੇ ਦੁਬਾਰਾ ਰਿਸ਼ਤਾ ਉਭਾਰਨ ਦੀਆਂ ਗੱਲਾਂ ਦਿਲਚਸਪ ਹੁੰਦੀਆਂ ਜਾ ਰਹੀਆਂ ਨੇ। ਸਭ ਦੇ ਜ਼ਿਹਨ ਦੇ ਵਿੱਚ ਸਵਾਲ ਹੈ ਕਿ ਕੀ ਅਕਾਲੀ ਦਲ ਬਸਪਾ ਨੂੰ ਛੱਡ ਕੇ ਬੀਜੇਪੀ ਦੇ ਨਾਲ ਆਪਣਾ ਪੁਰਾਣਾ ਰਿਸ਼ਤਾ ਕਾਇਮ ਕਰੇਗਾ। 1997 ਤੋਂ 2021 ਤੱਕ ਚੱਲੇ ਗਠਜੋੜ ਨੂੰ ਅਕਾਲੀ ਦਲ ਦੇ ਲੀਡਰ ਇਤਿਹਾਸਕ ਦੱਸਦੇ ਨੇ। ਉੱਧਰ ਬੀਜੇਪੀ ਵੀ 117 ਸੀਟਾਂ ਦੇ ਲਈ ਆਪਣੀ ਤਿਆਰੀ ਦੇ ਵਿੱਚ ਜੁਟੀ ਹੋਈ ਹੈ। ਅੱਛੀ ਗੱਲ ਹੈ। ਦੇਖੋ, ਜੇ ਜਾਖੜ ਸਾਹਿਬ ਵੀ ਜਿਹੜੇ ਹੈ ਬੀਜੇਪੀ ਦੇ ਪ੍ਰਧਾਨ ਹੋ ਕੇ ਸਾਡੇ ਸਟਰੈਂਥ ਨੂੰ ਦੀ ਗੱਲ ਕਰਦੇ ਤੇ ਉਹਨਾਂ ਦਾ ਧੰਨਵਾਦ ਹੈ। ਅੱਛੀ ਗੱਲ, ਇਹ ਠੀਕ ਹੈ ਗੱਲ ਉਹਨਾਂ ਦੀ, ਅਸੀਂ ਵੀ ਮੰਨਦੇ ਹਾਂ। ਇਸ ਅਲਾਇੰਸ ਨੇ ਬੜਾ ਇਤਿਹਾਸਿਕ ਰੋਲ ਪਲੇ ਕੀਤਾ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ, ਸਦਭਾਵਨਾ ਵਾਸਤੇ, ਪੰਜਾਬ ਦੀ ਡਿਵੈਲਪਮੈਂਟ ਵਾਸਤੇ ਇੱਕ ਲਾਮਸਾਰ ਰੋਲ ਇਸ ਅਲਾਇੰਸ ਦਾ ਰਿਹਾ। ਇਸ ਕਰਕੇ ਉਹਨੂੰ ਮੰਨਣ ਤੋਂ ਕੋਈ ਵੀ ਇਨਕਾਰੀ ਨਹੀਂ। ਬਾਕੀ ਕੀ ਹੁੰਦਾ ਕੱਲ ਨੂੰ, ਇਹ ਪੋਲੀਟੀਕਲ ਫੈਸਲੇ ਹੁੰਦੇ ਆ। ਅਭੀ ਹਮ 13 ਸੀਟ ਪਰ ਚੁਣਾਵ ਲੜਨੇ ਕੇ ਲੀਏ ਤਿਆਰੀ ਕਰ ਰਹੀ ਹੈ, ਦੇਖੇਂਗੇ ਆਗੇ ਹਮਾਰਾ ਹਾਈਕਮਾਂਡ ਕਿਆ ਕਰੇਂਗੇ। ਇਸ ਵਾਰ ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਆਸਾਨ ਨਹੀਂ ਹੋਣਗੀਆਂ। ਪੰਜਾਬ ਦੀ ਇਕਲੌਤੀ 103 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਰਿਵਾਈਵ ਕਰਨ ਦੇ ਲਈ ਡਬਲ ਪ੍ਰੀਖਿਆ ਦੇਣੀ ਹੋਵੇਗੀ। ਸਿਆਸੀ ਚੁਣੌਤੀਆਂ ਦੇ ਨਾਲ ਨਾਲ ਪੰਥਕ ਹਲਕਿਆਂ ਦੇ ਵਿੱਚ ਆਪਣਾ ਪੁਰਾਣਾ ਅਕਸ ਉਭਾਰਨਾ ਹੋਵੇਗਾ। ਇਸ ਦੇ ਲਈ ਵੀ ਅਕਾਲੀ ਦਲ ਤਿਆਰੀ ਕਰ ਰਿਹਾ ਹੈ। ਮੁਸ਼ਕਲ ਸਮੇਂ ਦੇ ਵਿੱਚ ਛੱਡ ਚੁੱਕੇ ਲੀਡਰਾਂ ਦੀ ਵਾਪਸੀ ਅਕਾਲੀ ਦਲ ਦੇ ਲਈ ਬਹੁਤ ਅਹਿਮ ਹੈ, ਕਿਉਂਕਿ ਦਿੱਲੀ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਉਹ ਮੁਕਾਮ ਹਾਸਲ ਕਰ ਚੁੱਕੀ ਹੈ ਜੋ ਕਦੇ ਅਕਾਲੀ ਦਲ ਦੇ ਕੋਲ ਹੁੰਦਾ ਸੀ। ਅਕਾਲੀ ਦਲ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਪੰਜਾਬ ਦੇ 117 ਹਲਕਿਆਂ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢੀ ਜਾਵੇਗੀ। ਸੁਖਬੀਰ ਸਿੰਘ ਬਾਦਲ ਖੁਦ ਪੰਜਾਬ ਬਚਾਓ ਯਾਤਰਾ 'ਚ ਸ਼ਾਮਲ ਹੋਣਗੇ। ਕੋਰ ਕਮੇਟੀ ਦੀ ਬੈਠਕ ਦੇ ਵਿੱਚ ਇਹ ਵੀ ਫੈਸਲਾ ਹੋਇਆ ਕਿ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਜਿਵੇਂ ਅਕਾਲੀ ਦਲ ਵੱਡੇ ਮੁੱਦਿਆਂ ਉੱਤੇ ਪੰਜਾਬ ਦੀ ਅਗਵਾਈ ਕਰਦਾ ਸੀ, ਉਵੇਂ ਹੀ ਅੱਜ ਵੀ ਉਸੇ ਤਰਜ਼ ਉੱਤੇ ਇਹ ਮੁਹਿੰਮ ਚਲਾਈ ਜਾਵੇਗੀ। ਨੌਜਵਾਨਾਂ ਨੂੰ ਵੀ ਪਾਰਟੀ ਨਾਲ ਜੋੜਨਾ ਇੱਕ ਅਹਿਮ ਜ਼ਰੂਰਤ ਹੈ। ਇਸ ਦੇ ਲਈ ਸੈਮੀਨਾਰ ਕਰਵਾਏ ਜਾਣਗੇ ਤੇ ਨੌਜਵਾਨਾਂ ਨੂੰ ਪਾਰਟੀ ਪ੍ਰਤੀ ਜਾਣਕਾਰੀ ਦਿੱਤੀ ਜਾਵੇਗੀ। ਪ੍ਰਧਾਨ ਸਾਹਿਬ ਨੇ ਸਾਰੇ ਜ਼ਿਲ੍ਹਾ ਪ੍ਰਧਾਨ ਸਾਹਿਬਾਂ ਨੂੰ ਹਦਾਇਤ ਕੀਤੀ ਹੈ ਕਿ 15 ਦਸੰਬਰ ਤੱਕ ਪਾਰਟੀ ਦਾ ਜਿਹੜਾ ਜ਼ਿਲ੍ਹਾ ਪੱਧਰੀ ਢਾਂਚਾ ਉਹਨੂੰ ਮੁਕੰਮਲ ਕੀਤਾ ਜਾਵੇ। ਇੱਕ ਜਿਹੜੇ ਪਾਰਟੀ ਦੇ ਸਾਡੇ ਪਾਰਲੀਮੈਂਟ ਦੇ ਇੰਚਾਰਜ ਨੇ, ਕਿਉਂਕਿ ਇਲੈਕਸ਼ਨ ਪਾਰਲੀਮੈਂਟ ਦੀ ਨੇੜੇ ਆ ਰਹੀ ਹੈ, ਉਹਨਾਂ ਵੀ ਸਾਰਿਆਂ ਨੂੰ ਜਿਹੜੀ ਹੈ ਹਦਾਇਤ ਹੋਈ ਹੈ ਕਿ ਸਰਕਲ ਪੱਧਰ ਦੇ ਉੱਤੇ ਜਾ ਕੇ ਇਹ ਸਾਰੀਆਂ ਮੀਟਿੰਗਾਂ ਜਿਹੜੀਆਂ ਉੱਥੇ ਕੀਤੀਆਂ ਜਾਣ। 2024 ਦਾ ਸਿਆਸੀ ਦੰਗਲ ਪੰਜਾਬ ਦੀ ਸਿਆਸਤ ਦੇ ਲਈ ਇੰਨਾ ਆਸਾਨ ਨਹੀਂ ਹੋਵੇਗਾ ਜਿੰਨਾ ਵਿਖਾਈ ਦੇ ਰਿਹਾ ਹੈ। 2024 ਦੀਆਂ ਚੋਣਾਂ ਨੇ ਪੰਜਾਬ ਦੇ ਸਿਆਸੀ ਪਾਸੇ ਪਲਟ ਦਿੱਤੇ ਨੇ। ਅਕਾਲੀ ਦਲ ਨੂੰ ਕਾਫੀ ਨੁਕਸਾਨ ਚੱਲਣਾ ਪਿਆ ਸੀ। ਇਸੇ ਵਿਚਕਾਰ ਗਠਜੋੜ 'ਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਸਿਆਸੀ ਭਵਿੱਖ ਵੀ ਨਜ਼ਰ ਆ ਰਿਹਾ ਹੈ। ਇਸੇ ਲਈ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਇਹ ਗਠਜੋੜ ਮੁੜ ਤੋਂ ਸੰਭਵ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।